ਵਰਦ ਗੁਰਦੁਆਰਾ ਸ੍ਰੀ ਚੌੜਾ ਖੂਹ ਸਾਹਿਬ ਵਿਖੇ ਇੱਕ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ। ਨਿਹੰਗ ਸਿੰਘ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਗਿਆ ਹੈ। ਨੌਜਵਾਨ ਦੇ ਵੱਲੋਂ ਬੇਅਦਬੀ ਦੇ ਸ਼ੱਕ ਦੇ ਵਿੱਚ ਨੌਜਵਾਨ ਦਾ ਕਤਲ ਕੀਤਾ ਗਿਆ। ਦਰਅਸਲ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਵਾਲੀ ਥਾਂ ਤੇ ਮੌਜੂਦ ਨੇ। ਫਗਵਾੜਾ ਦੇ ਐਸਪੀ ਗੁਰਪ੍ਰੀਤ ਸਿੰਘ ਨੇ ਇਸ ਵਾਰਦਾਤ ਦੀ ਪੁਸ਼ਟੀ ਕੀਤੀ ਹੈ। ਜੋ ਜਾਨ ਬਚਾਏਗਾ ਤੁਹਾਡੇ ਤੋਂ ਆਪਣੀ ਬਚਾਏਗਾ। ਵੀ ਪੈਸੇ ਤੈਨੂੰ ਮੈਂ ਪੈਸੇ ਦੇਣੇ ਸੁੱਖੀ ਨੇ? ਆਹੋ। ਕਿੰਨੇ ਪੈਸੇ ਕੀਤੇ ਸੁੱਖੀ ਨਾਲ? ਲੇਕਿਨ ਮੈਂ ਇਹ ਹੈ, ਮੈਂ ਇਮਾਨਦਾਰ ਹਾਂ, ਮਿਹਨਤੀ ਹੈ, ਬਸ ਇਹ ਸੀਗਾ, ਮੈਂ ਕੀਤਾ ਨੀ। ਸੁਖੀ ਨੇ ਕਿਹਾ ਜਾ ਕੇ ਪੰਗੇ ਲੈਣੇ? ਪੰਗੇ ਲੈਣੇ ਆ ਬਾਣੀ ਨਾਲ? ਆਹੋ। ਨੀ ਬਾਣੀ ਨਾਲ ਕੀ ਉਹ ਭਾਜੀ ਪੜਨਾ? ਆਹੋ ਪੜਨ ਵਾਸਤੇ ਗਿਆ ਸੀ ਕੀ? ਆਹੋ ਇਹ ਚੀਜ਼ਾਂ ਔਰ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਹਾ ਸੀਗਾ। ਦੱਸ ਦੱਸ ਫਿਰ ਸਾਨੂੰ ਦੱਸ ਤਾਂ ਦੇ ਨਾ। ਉਲਟਾ ਸਿੱਧਾ ਲਿਖਣ ਨੂੰ ਵੀ ਕਿਹਾ ਸੀਗਾ। ਕੀ ਲਿਖਣਾ ਸੀ ਤੁਹਾਨੂੰ ਪਤਾ ਹੈ? ਉਹੀ ਗਾਲਾਂ ਔਰ ਉੱਤੋਂ ਦੀ ਇਹ ਸਭ ਚੀਜ਼ਾਂ ਕਰਨ ਨੂੰ ਕਿਹਾ ਸੀਗਾ। ਫਗਵਾੜਾ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਇਸ ਵੇਲੇ ਆਪਾਂ ਉੱਥੇ ਮੌਜੂਦ ਹਾਂ ਜਿੱਥੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਕਿ ਯੁਵਕ ਵੱਲੋਂ ਜਿਹਦਾ ਸੌਦਾ ਲਾਇਆ ਗਿਆ ਨਿਹੰਗ ਸਿੰਘ ਵੱਲੋਂ। ਗੁਰਦੁਆਰਾ ਸਾਹਿਬ ਛੇਵੀਂ ਪਾਤਸ਼ਾਹੀ ਚੌੜਾ ਕੋਈ ਇਤਿਹਾਸਿਕ ਸਥਾਨ ਹੈ ਜਿਹੜਾ ਐਸ ਟੀ ਬੀ ਸੀ ਦੇ ਅੰਡਰ ਹੈ, ਚੱਲਦਾ ਹੈ। ਅਤੇ ਇੱਥੇ ਅੱਜ ਰਾਤ, ਪਿਛਲੀ ਰਾਤ ਜਿਹੜੀ ਹੈ ਉਹ ਰਾਤ ਨੂੰ ਜਿਹੜਾ ਇੱਕ ਅਨਨੋਨ ਬੰਦਾ ਸੀਗਾ ਇੱਥੇ ਗੇਟ ਬੰਦ ਹੋਣ ਤੋਂ ਤਕਰੀਬਨ 10-11 ਵਜੇ ਗੇਟ ਜਿਹੜੇ ਲੋਕ ਹੋ ਜਾਂਦੇ ਉਸ ਤੋਂ ਪਹਿਲਾਂ ਇੱਥੇ ਐਂਟਰ ਕਰ ਗਿਆ ਅਤੇ ਅੰਦਰ ਲੁਕਿਆ ਸੀ, ਕਿਸੇ ਨੂੰ ਪਤਾ ਨਹੀਂ ਲੱਗਾ। ਜਦੋਂ ਸਵੇਰੇ 1:30 ਵਜੇ ਜਿਹੜੇ ਸੇਵਾਦਾਰ ਆਪਣੇ ਰੂਟੀਨ ਅਨੁਸਾਰ ਉਹ ਬਾਥਰੂਮ 'ਚ ਆਏ ਤਾਂ ਉਹ ਬਾਥਰੂਮ ਤੱਕ ਲੋਕ ਬੰਦ ਸੀ ਅਤੇ ਉਹ ਉਹਨਾਂ ਨੇ ਦੇਖਿਆ ਵੀ ਕੀ ਹੈ, ਪਰ ਉਹਨਾਂ ਨੇ ਦੇਖਿਆ ਖੜਕਾਇਆ ਅਤੇ ਬੰਦਾ ਅੰਦਰ ਜਿਹੜਾ ਸੀਗਾ ਉਹ ਅੰਦਰ ਐਂਟਰ ਸੀ, ਕਿਉਂਕਿ ਉਹ ਗੇਟ ਬੰਦ ਹੋਣ ਤੋਂ ਪਹਿਲਾਂ ਐਂਟਰ ਕਰ ਚੁੱਕਾ ਸੀਗਾ। ਬੇਅਦਬੀ ਦੇ ਸੋਚ ਨੂੰ ਲੈ ਕੇ ਵੀ ਬੇਅਦਬੀ ਕਰਨੀ ਹੈ, ਜਿੱਦਾਂ ਬਿਲਕੁਲ ਪਲੈਂਡਡ ਬੰਦਾ ਸੀਗਾ ਉਹ ਹਿਸਾਬ ਨਾਲ ਆਏ ਸੀ। ਉਹਨਾਂ ਨੂੰ ਪੁੱਛਿਆ ਗਿਆ, ਲਿਆਂਦਾ ਗਿਆ ਵੀ ਕਿਸ ਕਰਕੇ, ਉਹਨੇ ਸਾਰਾ ਆਪਣੀ ਵੀਡੀਓ 'ਚ ਵੀ ਬੋਲ ਕੇ ਦੱਸਿਆ ਵੀ ਮੈਨੂੰ 3-4 ਹਜ਼ਾਰ ਰੁਪਏ ਦੇ ਲਾਲਚ ਦੇ ਕੇ ਜਿਹੜਾ ਬੇਅਦਬੀ ਦੇ ਕਰਨ ਵਾਸਤੇ ਇੱਥੇ ਭੇਜਿਆ ਗਿਆ। ਅਤੇ ਇੱਕ ਜਿਹੜੇ ਸਿੰਘ ਇੱਥੇ ਰਾਤ ਦੇ ਉਹ ਇੱਥੇ ਸਟੇਅ ਕੀਤਾ ਸੀ, ਆਪਣਾ ਰਮਨਦੀਪ ਸਿੰਘ ਮੌਕੇ 'ਤੇ ਸੀ, ਇੱਥੇ ਰਾਤ ਦੇ ਸਟੇਅ ਸੀਗਾ ਅਤੇ ਉਹਨਾਂ ਨੇ ਜਦੋਂ ਪੁੱਛਿਆ ਗਿਆ ਸੀ ਅਤੇ ਉਹਨਾਂ ਨੇ ਉਹਨਾਂ 'ਤੇ ਹੀ ਹਮਲਾ ਕਰ ਦਿੱਤਾ ਜਿਹੜਾ ਬੰਦਾ ਅੰਦਰ ਸੀਗਾ। ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਜਿਹੜਾ ਤੁਸੀਂ ਕਹਿ ਰਹੇ ਜਿਹੜਾ ਬੰਦਾ ਬਾਥਰੂਮ ਹੈਗਾ ਸੀ ਉਹਦੇ ਕੋਲ ਕੋਈ ਵੈਪਨ ਸੀ ਜਾਂ ਕਿਸ ਤਰ੍ਹਾਂ? ਉਹਨਾਂ 'ਤੇ ਜਿਹੜਾ ਉਹਨਾਂ ਕੋਲ ਸ਼ਸਤਰ ਸੀਗਾ ਉਹਨੇ ਖੋਹ ਕੇ ਯਤਨ ਕੀਤਾ ਉਹਨਾਂ 'ਤੇ ਹਮਲਾ ਕਰਨ ਦਾ, ਆਪਣੀ ਸੈਲਫ ਡਿਫੈਂਸ ਦੇ ਤੌਰ 'ਤੇ ਉਹਨਾਂ ਜਦੋਂ ਆਪਣਾ ਬਚਾਅ ਕੀਤਾ ਤਾਂ ਉਹ ਜਿਹੜਾ ਉਹਦਾ ਮੌਤ ਹੋ ਗਈ ਇੱਥੇ। ਅਤੇ ਜਿਹਦੀ ਮੌਤ ਹੋਈ ਹੈ ਉਹਦੇ ਕੋਈ ਆਈਡੈਂਟੀਫਿਕੇਸ਼ਨ ਹੋਈ ਹੈ ਹੁਣ ਤੱਕ ਜਾਂ ਉਹਨੇ ਕੁਝ ਦੱਸਿਆ ਸੀ ਆਪਣੇ ਬਾਰੇ? ਨਹੀਂ, ਉਹਦੇ ਬਾਰੇ ਕੋਈ ਉਹਦਾ ਆਈਡੀ ਪਰੂਫ ਨਹੀਂ ਮਿਲਿਆ, ਸਿਰਫ ਉਹ ਤੋਂ ਜੇਬ 'ਚੋਂ ਇੱਕ ਪਰਚੀ ਮੋਬਾਈਲ ਨੰਬਰ ਜਿਹੜਾ ਮਿਲਿਆ ਉਹ ਜਿਹੜਾ ਪ੍ਰਸ਼ਾਸਨ ਨੂੰ ਦੇ ਦਿੱਤਾ ਗਿਆ। ਇਨਵੈਸਟੀਗੇਸ਼ਨ ਕਰਨਗੇ ਉਹ ਤੋਂ ਪਤਾ ਲੱਗੇਗਾ ਕਿੱਥੋਂ ਦਾ ਬੰਦਾ ਸੀ, ਕਿਹਨੇ ਭੇਜਿਆ ਸੀ, ਪਲੈਨਡ ਬੰਦਾ ਸੀ, ਕਿਸ ਤਰ੍ਹਾਂ ਆਇਆ ਸੀ, ਉਹ ਜਿਹੜਾ ਪਾਰਟ ਹੈ ਸਾਰੀ ਆਪਣੀ ਪ੍ਰਸ਼ਾਸਨ ਜਿਹੜਾ ਉਹ ਕਰੇਗਾ। ਇੱਕ ਹਫ਼ਤੇ ਦਾ ਟਾਈਮ ਜਿਹੜਾ ਸਾਨੂੰ ਸਾਰੀ ਸੰਗਤ ਨੂੰ ਦਿੱਤਾ ਪ੍ਰਸ਼ਾਸਨ ਨੇ ਵੀ ਇਹਦਾ ਕਰਕੇ ਪਤਾ ਕਰਕੇ ਮਤਲਬ ਦੱਸਿਆ ਜਾਵੇਗਾ। ਫਗਵਾੜਾ ਤੋਂ ਕੈਮਰਾ ਪਰਸਨ ਦਲੀਪ ਦੇ ਨਾਲ ਮਨੀਸ਼ ਸ਼ਰਮਾ, ਜ਼ੀ ਮੀਡੀਆ।